ਓ ਯਾਰ ਚੰਗਾ ਹੋ ਗਿਆ ਵੀ ਤੂੰ ਆ ਗਿਆ ਮੈਂ ਤੇਰੇ ਨਾਲ ਕੋਈ ਬੰਦਾ ਸਲਾਮ مشورہ ਕਰ ਲੈਂਦਾ ਚਲੋ ਮੈਨੂੰ ਤੁਹਾਡਾ ਫੋਨ ਗਿਆ ਸੀ ਤੇ ਮੈਂ ਕਿਹਾ ਗੱਲ ਸੁਣਾਵਾ ਤਵਾ ਤਵ ਜਾ ਕੇ ਠੀਕ ਹੈ ਖੈਰ ਹੋਵੇ ਸਹੀ ਓਏ ਆਹੋ ਖੈਰ ਈ ਹੂੰ ਬਈ ਇੰਤਜ਼ਾਮਾਤ ਵੀ ਕੁਝ ਕਰਨੇ ਨੇ ਕੋ ਸਲਾਮ مشورہ ਵੀ ਕਰਨਾ ਵੀ ਪਹਿਲੋ ਤੇ ਬੱਚੇ ਦੀ ਤੇਲ ਮਹਿੰਦੀ ਦਾ ਰਾਤ ਨੂੰ ਫੰਕਸ਼ਨ ਵੱਡਾ ਰੱਖਣਾ ਹੈ ਅੱਛਾ ਤੇ ਬਰਾਤ ਵੀ ਸੋਹਣੀ ਇਥੋਂ ਅੱਛਾ ਵੀ 100 ਬੰਦੇ ਦਾ ਇੰਤਜ਼ਾਮਾਤ ਕਰਨਾ ਆਏਗਾ ਗੱਡੀਆਂ ਪ੍ਰਾਡੋ ਪ੍ਰੂਡੋ ਵੀ ਯਾਰਾਂ ਦੋਸਤਾਂ ਨੂੰ ਮੈਂ ਕਹਤਾ ਅੱਛਾ ਪ੍ਰਾਡੋ ਪ੍ਰੂਡੋ ਕਰਾਣੀ ਹੈ ਉਹ ਯਾਰ ਹੋਰ ਉੱਥੇ ਮੁੰਡੇ ਦਾ ਵਿਆਹ ਕਰਨਾ ਹੈ ਇੱਕ ਵਾਰੀ ਤੇ ਕਰਨਾ ਹੈ ਹਲਾਤੋ ਵਾਕਿਆਤ ਵੀ ਨੂੰ ਵੇਖੋ ਨਾ ਤੁਸੀਂ ਜਰਾ ਉਹ ਹਿਸਾਬ ਨਾਲ ਚੱਲੋ ਨਾ ਭਾਜੀ ਕੀ ਮਤਲਬ ਮੁਲਕ ਦੇ ਹਾਲਾਤ ਵੀ ਉਦਾਂ ਦੇ ਨੇ ਕਾਰੋਬਾਰ ਲੋਕਾਂ ਦੇ ਆਏ ਕੋਈ ਨਹੀਂ ਉਹ ਯਾਰ ਇਹ ਮੁਲਕ ਦੇ ਹਾਲਾਤ ਇਦਾਂ ਹੀ ਰਹਿਣੇ ਆ ਬੱਚਿਆਂ ਦੀਆਂ ਖੁਸ਼ੀਆਂ ਨਹੀਂ ਕਰਨੀਆਂ ਖੁਸ਼ੀਆਂ ਵੀ ਜ਼ਰੂਰ ਕਰੋ ਲੇਕਿਨ ਇਹ ਕਿ ਗੁੰਜਾਇਸ਼ ਦੇ ਮੁਤਾਬਕ ਚੱਲੋਗੇ ਤੇ ਈਜ਼ੀ ਰਹੋਗੇ ਉਹ ਚੱਲਿਆ ਬੱਚਿਆਂ ਦੀ ਖੁਸ਼ੀ ਕਰਨੀ ਆ ਇਹਦੇ ਵਿੱਚ ਜਰਾ ਗੱਜ ਵੱਜ ਕੇ ਕਰਨਾ ਚਾਹੀਦਾ ਚਲੋ ਤੁਹਾਡੀ ਮਰਜ਼ੀ ਹੈ ਵੇਖ ਲਵੋ ਮੈਂ ਤਾਂ ਸਮਝ ਹੀ ਕਹਿਣਾ ਕੀ ਕਿ ਨਿਜ਼ਾਮ ਆਪਦਾ ਵੇਖ ਕੇ ਫਿਰ ਉਹ ਯਾਰ ਸਾਬ خیر ਹੈ ਕੋਈ ਨਹੀਂ ਐਸੀ ਗੱਲ ਆ ਕਿ ਸੇ ਯਾਰ ਸੱਜਣ ਕੋ ਫਾੜ ਵੀ ਲਵਾਂਗੇ ਦੇਖੋ ਮਰਸਲਾ ਸਾਬ ਜਨਾਬ ਅਲੀ ਹਾਂਜੀ ਕੀ ਚੱਲ ਰਿਹਾ ਜੀ ਉਹ ਯਾਰ ਪਤੀਜੇ ਤੇਰੇ ਦਾ ਵਿਆਹ ਆ ਹਾਂ ਤੇ ਮੈਂ ਕਹਿਣ ਡਿਆ ਮਾ ਵੀ ਗੱਜ ਵੱਜ ਕੇ ਕਰਨਾ ਹਾਂ ਤੇ ਅੱਛਾ ਪ੍ਰੋਗਰਾਮ ਵੀ ਕਰਨਾ ਹਾਂ ਕੋ ਸਿੰਗਰ ਸੁੰਗਰ ਬੁਲਾਵਾਂਗੇ ਆਪਾਂ ਤੇਲ ਮਹਿੰਦੀ ਦਾ ਪ੍ਰੋਗਰਾਮ ਹੈ ਬਰਾਤ ਦਾ ਵੀ ਕੋ ਸੌਕ ਬੰਦੇ ਦਾ ਇੰਤਜ਼ਾਮ ਆਤਾ ਅੱਛਾ ਅੱਛਾ ਤੇ ਮੈਂ ਯਾਰਾਂ ਸੱਜਣਾ ਨੂੰ ਕਿਹਾ ਵਾ ਵੀ ਕੋ ਗੱਡੀਆਂ ਛੱਡੀਆਂ ਵੀ ਲੈ ਆਣੀਆਂ ਹਾਂ 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 ਤੇ ਵਲੀਮਾ ਵੀ ਆਪਾਂ ਮਤਲਬ ਅੱਛਾ ਕਰਨਾ ਹਾਂ ਹਾਂ ਕੋ 12 14 ਖਾਣੇ ਪਕਾਵਾਂਗੇ ਅੱਲਾ ਦੀ ਰਹਿਮਤ ਦੇ ਨਾਲ ਇਹ ਕਿਹੜਾ ਰੋਜ਼ ਰੋਜ਼ ਕਰਨਾ ਨਹੀਂ 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 ਨੱਕ ਰਹਿਣਾ ਚਾਹੀਦਾ ਲਓ ਇਹ ਵਾ ਜੀ ਦੁਰਮਨ ਸਾਹਿਬ ਇਹਨਾਂ ਦੇ ਮੁੰਡੇ ਦੀ ਤਨਖਾਹ ਹੈਗੀ ਹੈ 35000 ਰੁਪਿਆ ਹਾਂ ਹਾਂ ਠੀਕ ਹੈ ਨਾ ਜੀ ਜੀ ਤੇ 70 ਉਹ ਕੋ ਮੋਟਰਸਾਈਕਲ ਆ ਹਾਂ ਜੀ ਇਹ ਆ ਕਿ ਇੱਕ ਵਾਰੀ ਜ਼ੋਰ ਪੂਰਾ ਲਾਉਣਾ ਚਾਹੀਦਾ ਹੈ ਇਹ ਆ ਕਿ ਬਰਾਤ ਜਿਹੜੀ ਜਾਣੀ ਹੈ ਜੀ ਉਹ ਵੱਡੀ ਗੱਡੀ ਫੋਰਚੂਨਰ ਜਾਂ ਪ੍ਰਾਡੋ ਪ੍ਰੂਡੋ ਦਾ ਕਰਾਉਂਗੇ ਆਹ ਤਾਂ ਮੈਂ ਬੰਦੋ ਬਸ ਕੀਤਾ ਹੋਇਆ ਪ੍ਰਾਡੋ ਦਾ ਬਸ ਠੀਕ ਹੈ ਹਾਂ ਬਰਾਤ ਪ੍ਰਾਡੋ ਤੇ ਜਾ ਰਹੀ ਹੈ ਜੀ ਅਗਲੇ ਦਿਨ ਮੁੰਡਾ ਫਿਰ ਟੁੱਟੀ 70 ਤੇ ਫਿਰ ਉਹਨੇ ਹਿਸਾਬ ਲਾਉਣਾ ਹੈ ਕਿ ਹੁਣ ਕਿੰਨੇ ਮਹੀਨੇ ਕਿੰਨੇ ਸਾਲ ਇਹ ਨੱਕ ਰੱਖਣ ਵਾਸਤੇ ਜੋ ਕੁਝ ਲਾਇਆ ਹੈ ਉਹ ਲਾਉਣ ਤੇ ਲੱਗਣੇ ਜਿੱਲੇ ਦੂਏ ਤੀਏ ਦਿਨ ਘਰ ਚ ਗੱਲਾਂ ਸ਼ੁਰੂ ਹੋ ਜਾਣੀਆਂ ਨੇ ਕਿ ਫਲਾਣੇ ਦੇ ਪੈਸੇ ਦੇਣੇ ਫਲਾਣੇ ਦੇ ਪੈਸੇ ਦੇਣੇ ਫਲਾਣੇ ਦਾ ਕਰਜ਼ਾ ਚੜ ਗਿਆ ਉਹ ਨਵੀਂ ਨੋਂ ਦੇ ਅੱਗੇ ਜੀ ਕਿੰਨੀ ਕਿ ਇੱਜ਼ਤ ਬਣੇਗੀ ਤੁਹਾਡੀ ਉਹ ਯਾਰ ਇਹ ਚਾਰ ਦੀਵਾਰੀ ਦੇ ਵਿੱਚ ਹੀ ਹੋਣੀਆਂ ਨੇ ਗੱਲਾਂ ਪੂਰੇ ਮੁਆਸ਼ਰੇ ਨੂੰ ਇੱਕ ਵਾਰੀ ਪਤਾ ਤੇ ਲੱਗਣਾ ਚਾਹੀਦਾ ਹੈ ਉਹ ਜਿੱਲੇ ਤੁਸੀਂ ਪੂਰੇ ਮੁਆਸ਼ਰੇ ਨੂੰ ਦੱਸਣ ਲੱਗਿਆ ਜ਼ੋਰ ਲਾਉਣਾ ਆ ਹਾਂ ਕੁੜੀ ਆਲਿਆਂ ਨੇ 20ਾਂ 30ਾਂ ਬੰਦਿਆਂ ਨੇ ਆ ਕੇ ਰੋਟੀਆਂ ਖਾਣੀਆਂ ਨੇ ਉਹਨਾਂ ਨੇ ਤੁਹਾਨੂੰ ਸਮਝਣਾ ਬੜੇ ਵੱਡੇ ਸ਼ਾਊਕਾਰ ਨੇ ਹਾਂਜੀ ਤੇ ਜਿੱਦਨ ਉਹ ਕੁੜੀ ਨੇ ਤੁਹਾਡੇ ਘਰ ਦੇ ਕਲੇਸ਼ ਸੁਣ ਕੇ ਆਪਣੇ ਮਾਪੇ-ਬਾਪ ਨੂੰ ਜਾ ਕੇ ਦੱਸਣਾ ਹੈ ਕਿ ਜਿੱਧਰ ਤੁਸੀਂ ਵਿਆਹ ਆ ਉਧਰ ਤੇ ਉਹ ਕਰਜ਼ੇ 'ਚ ਡੁੱਬੇ ਪਏ ਨੇ। ਉਹਦੋਂ ਤੁਹਾਡਾ ਨੱਕ ਕਿੱਥੇ ਰਹਿਣਾ ਫਿਰ? ਉਹ ਯਾਰ ਐਸੀ ਕੋਈ ਗੱਲ ਨਹੀਂ ਹੈਗੀ ਪੁੱਤਰ ਦਾ ਵਿਆਹ ਕਰਨਾ ਵਾ ਤੇ ਗੱਜ-ਵੱਜ ਕੇ ਭਾਈ ਕਰਨਾ। ਉਹਨਾਂ ਦੀ ਗੱਲ ਵੀ ਸਮਝੋ ਕਹਿਣਾ ਕੀ ਚਾਹਦੇ ਆ। ਤੁਸੀਂ ਵਿਆਹ ਗੱਜ-ਵੱਜ ਕੇ ਕਰੋ ਜਿਵੇਂ ਮਰਜ਼ੀ ਕਰੋ ਲੇਕਿਨ ਜਦੋਂ ਅਗਲੀ ਬਗਾਨੇ ਘਰ ਦੀ ਕੁੜੀ ਤੁਹਾਡੇ ਘਰੇ ਆਈ ਹਾਂਜੀ ਤੇ ਜਦੋਂ ਤੁਹਾਡਾ ਬੂਆ ਕਰਜ਼ਾ ਲੈਣ ਆ ਲੈਣ ਭੰਨਿਆ ਤੇ ਉਹਦੀ ਜਿਹੜੀ ਫੀਲਿੰਗ ਕੁੜੀ ਕੀ ਮਹਿਸੂਸ ਕਰੇਗੀ? ਹਾਂ ਇਹ ਗੱਲ ਸਮਝਾਉਂਦਾ ਮੈਂ ਇਹ ਗੱਲ ਕਹਿਣ ਦਿਆਂ ਕਿ ਅੱਲਾਹ ਪਾਕ ਨੇ ਜਿੰਨੀ ਕੁ ਤਾਕਤ ਦਿੱਤੀ ਹੈ ਨਾ ਹਾਂਜੀ ਉਹਦੇ ਮੁਤਾਬਕ ਕਰਨਾ ਚਾਹੀਦਾ ਹੈ ਸਿਆਣੇ ਕਹਿੰਦੇ ਜੇ ਕਿਸੇ ਦਾ ਮੂੰਹ ਲਾਲ ਹੋਵੇ ਨਾ ਤੇ ਆਪਣਾ ਚਪੇੜਾ ਮਾਰ ਮਾਰ ਨਹੀਂ ਕਰ ਲਈਦਾ ਹੁੰਦਾ ਹਾਂਜੀ ਇਹ ਹੈ ਕਿ ਤੁਸੀਂ ਜਿੰਨੇ ਕੁ ਤੁਹਾਡੇ ਕੋ ਪੈਸੇ ਆ ਹਾਂ ਉਹਨੇ ਕੁ ਪੈਸਿਆਂ ਨਾਲ ਤਰਕ ਸਾਹਿਬ ਬੱਚੇ ਦਾ ਵਿਆਹ ਕਰੋ ਕੱਲ ਨੂੰ ਵਿਆਹ ਤੋਂ ਦੂਏ ਦਿਨ ਬੱਚਾ ਪਰੇਸ਼ਾਨ ਨਹੀਂ ਹੋਏਗਾ ਉਹ ਕਰਜ਼ੇ ਲਾਉਣ ਦੇ ਪਿੱਛੇ ਨਹੀਂ ਲੱਗਾ ਰਹੇਗਾ ਜਿੱਲੇ ਘਰ ਦੇ ਵਿੱਚ ਕਰਜ਼ੇ ਲਾਉਣ ਤੇ ਤੁਸੀਂ ਤੁਰਨਾ ਆ ਫਿਰ ਬਿੱਲ ਵੀ ਲੇਟ ਹੋਣੇ ਆ ਫਿਰ ਰਾਸ਼ਨ ਦੇ ਮਸਲੇ ਵੀ ਬਣਨੇ ਆ ਇਸ ਵਜ੍ਹਾ ਨਾਲ ਘਰ 'ਚ ਲੜਾਈ ਪੈਣੀ ਆ ਸਿਆਣੇ ਬਿਆਣੇ ਬੰਦੇ ਆ ਕਹਿੰਦੇ ਆ ਕਿ ਬੰਦੇ ਨੂੰ ਆਪ ਨੂੰ ਅਕਲ ਨਾ ਨਾ ਹੋਵੇ ਤੇ ਕੰਧ ਕੋਲੋਂ ਵੀ مشਵਰਾ ਲੈ ਲੈਣਾ ਚਾਹੀਦਾ ਅਸਤਾ ਦੋ ਬੰਦੇ ਬੈਠੇ ਮੇਰੀ ਗੱਲ ਸੁਣੋ ਜੇ ਆਪਾਂ ਪ੍ਰਾਡੋ ਤੇ ਨਾਂ ਭਰਾਤ ਲਗਾਏ ਆਪਾਂ ਛੋਟੀ ਗੱਡੀ ਤੇ ਲੈ ਗਏ ਤੇ ਕੁੜੀ ਵਾਲਿਆਂ ਨੇ ਕੀ ਕਹਿਣਾ ਕਿ ਭਾਈ ਸੀ ਕੁੜੀ ਨਹੀਂ ਤੋਰਨੀ ਉਹਨਾਂ ਨੇ ਤਾਂ ਕੁੜੀ ਬੱਚੀ ਆਪਣੀ ਤੋਰਨੀ ਆ ਨਾ ਤੇ ਅਸੀਂ ਆਪਣਾ ਬੱਚਾ ਤੇ ਆਪਣਾ ਪੂਰਾ ਖਾਨਦਾਨ ਅਗਲੇ 1 ਸਾਲ ਵਾਸਤੇ ਕਿਉਂ ਅਜ਼ਾਬ ਚ ਪਾਈਏ ਨਾ ਤਾਰਕ ਸਭ ਨਾ ਇਸ ਚੱਕਰ ਚ ਨਾ ਪਵੋ ਜਿੰਨਾ ਕ ਅੱਲਾ ਪਾਕ ਨੇ ਤੁਹਾਨੂੰ ਰਜ਼ਕ ਦਿੱਤਾ ਆ ਉਹਦੇ ਚ ਹੀ ਵਿਆਹ ਕਰੋ ਆਉਣ ਵਾਲੀ ਧੀ ਰਾਣੀ ਨੂੰ ਸਕੂਨ ਹੋਵੇ ਤੇ ਤੁਹਾਡਾ ਪੁੱਤਰ ਵੀ ਸਕੂਨ ਚ ਰਹੇ ਸੀ ਆਲੇ ਨੇ ਪੜੀ ਗਿਆ ਹਣਾ ਕਿ ਚਾਦਰ ਵੇਖ ਕੇ ਪੈਰ ਫਲਾਣੇ ਹਾਂ ਇਹ ਚਾਦਰੋਂ ਬਾਹਰ ਹੋਵੋਗੇ ਤੇ ਫਿਰ ਤੁਸੀਂ ਪਰੇਸ਼ਾਨ ਹੋ ਹਾਂਜੀ 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 ਅੱਜ ਕੱਲ ਮੱਛਰ ਵੈਸੇ ਹੀ ਬਹੁਤ ਆ ਫਿਰ ਮੱਛਰ ਲੜੇਗਾ ਜੇ ਚਾਦਰੋਂ ਬਾਹਰ ਤੁਸੀਂ ਪੈਰ ਕੱਢੇ ਤੇ ਇਹ ਤਾਰਕ ਸਾਹਿਬ ਐਸੀ ਰੇਸ ਆ ਇਹਦੇ ਚ ਅਜੇ ਤੱਕ ਕੋਈ ਜਿੱਤ ਸਕਿਆ ਲੋਕ ਤਾਂ ਹੈਲੀਕਾਪਟਰਾਂ ਤੇ ਆਪਣੀਆਂ ਬਰਾਤਾਂ ਲੈ ਜਾਂਦੇ ਹੁਣ ਤੁਸੀਂ ਹੈਲੀਕਾਪਟਰ ਤੇ ਲੈ ਜਾਓਗੇ ਤੁਹਾਡੀ ਪਹੁੰਚ ਤਾਂ ਥੱਲੇ ਥੱਲੇ ਤੱਕ ਹੀ ਐ ਇਸ ਵਾਸਤੇ ਇਸ ਰੇਸ 'ਚ ਨਾ ਪਵੋ ਤੇ ਆਪਣੀ ਜ਼ਿੰਦਗੀ ਨੂੰ ਸਕੂਨ ਦਿਓ ਬਸ ਇਹ ਗੱਲ ਹੈ ਯਾਰ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਆ ਹਾਂਜੀ ਕਰ ਤਾਂ ਤੁਸੀਂ ਮੇਰੇ ਫਾਇਦੇ ਦੀਆਂ ਰਹੇ ਹਾਂਜੀ ਲੇਕਿਨ ਕਰਾਂ ਕੀ ਯਾਰ ਮੁੰਡਾ ਕਹਿਣ ਡਿਆ ਵਾ ਕਿ ਅੱਬਾ ਜੀ ਆ ਵੀ ਕਰੋ ਆ ਵੀ ਕਰੋ ਆ ਵੀ ਕਰੋ ਹੁਣ ਮੈਂ ਦੱਸੋ ਕੀ ਕਰਾਂ ਯਾਰ ਜਿਹੜੀਆਂ ਅਸੀਂ ਤੁਹਾਨੂੰ ਗੱਲਾਂ ਸਮਝਾਈਆਂ ਨੇ ਇਹੀ ਗੱਲਾਂ ਤੁਸੀਂ ਆਪਣੇ ਬੇਟੇ ਨੂੰ ਪਿਆਰ ਮੁਹੱਬਤ ਨਾਲ ਸਮਝਾਓ ਕਿ ਬੇਟੇ ਤੂੰ ਵਿਆਹ ਤੋਂ ਬਾਅਦ ਆਪਣੀ بیوی ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰ ਰਿਹਾ ਹੈ ਉਹ ਇੰਜੋਏ ਕਰਨਾ ਚਾਹਨਾ ਹੈ ਕਿ ਇੱਕ ਸਾਲ ਵਾਸਤੇ 24 ਘੰਟੇ ਆਉਂਦਾ ਜਾਂਦਾ ਇਹੀ ਸੋਚੀ ਜਾਣਾ ਕਿ ਹੁਣ ਮੈਂ ਪੈਸੇ ਕਿੱਦਾਂ ਲਾਉਣੇ ਮੈਂ ਅੱਜ ਹੀ ਜਾ ਕੇ ਘਰ ਗੱਲ ਕਰਨਾ ਕਿ ਭਾਈ ਜਿੰਨੇ ਕਿ ਜੋਗੇ ਹੈਗੇ ਆ ਹਾਂਜੀ ਇੰਨਾ ਕੀ ਨਿਜ਼ਾਮ ਚ ਚਲਾ ਦੇ ਬਸ ਬਾਅਦ ਜੋ ਅਸੀਂ ਪਰੇਸ਼ਾਨ ਹੋਵਾਂਗੇ ਲੋਕਾਂ ਦੇ ਵਿੱਚ ਮਦਦ ਲੋਕੀ ਕੋ ਆ ਕੇ ਸਾਡੇ ਬੂਹੇ ਤੇ ਆ ਕੇ ਕੋਈ ਸਾਨੂੰ ਚੰਗਾ ਮਾੜਾ ਕਹੇਗਾ ਹਾਂਜੀ ਤੇ ਬਿਹਤਰੀਨ ਹੱਲ ਇਹ ਆ ਕਿ 10 ਕ ਬੰਦੇ ਲਿਜਾ ਕੇ ਨਾ ਇਹ ਕੰਮ ਨਿਬੇੜੀ ਗੱਲ ਖਤਮ ਹੋ ਗਈ। ਵਾਕਿਆ ਤੁਸੀਂ ਮੈਨੂੰ ਇਹ ਟਾਈਮ ਨਾਲ ਨਾ ਸਮਝਾਉਂਦੇ ਤੇ ਇਹ ਚੀਂਗ ਚਿਹੜਾ ਤੇ ਮੈਂ ਆਪਣੇ ਘਰ ਆਪੇ ਹੀ ਭਾਰ ਹਾਂਜੀ ਸਹੀ ਗੱਲ ਹੈ। ਤੁਹਾਡੀ ਬੜੀ ਮਿਹਰਬਾਨੀ ਯਾਰ। ਅੱਲਾ ਖੈਰ ਕਰੇ।